ਅਸਲਾਮ ਵਾਲੇਕੁਮ ਬਾਈ ਜੀ, ਕੀ ਹਾਲ ਹੈ? ਠੀਕ ਹੋ ਬਾਈ ਜੀ? 36 ਕਟਰ 42 ਕਟਰ ਰੂਟਾਵੇਟਰ ਪਏ ਆ ਜੀ, ਇਹ ਸਾਹਮਣੇ ਤੁਸੀਂ ਦੇਖ ਸਕਦੇ ਆ। ਸਲਾਮਤ ਅਲੀ ਤਾਰਕ ਮਹਿਮੂਦ ਡੋਗਰ ਸਾਹਿਬ ਦੀ ਇੰਡਸਟਰੀ ਦੇ ਵਿੱਚ ਤਿਆਰ ਹੋ ਰਹੇ ਆ। ਇਹ ਤੁਸੀਂ ਰਿਵਿਊ ਕਰ ਲਓ ਜੀ, ਕਿਸ ਤਰ੍ਹਾਂ ਤਿਆਰ ਕੀਤੇ ਜਾਂਦੇ ਆ। ਇਹ ਦੇਖੋ ਜੀ, ਬਗੈਰ ਰੰਗ ਤੋਂ ਮਾਸ਼ਾਅੱਲਾ ਹਲੇ ਤਿਆਰੀ ਹੋ ਰਹੀ ਹੈ। ਦੇਖੋ ਕਿੱਡਾ ਮੋਟਾ ਬਕਸਾ ਬਣਾਇਆ ਗਿਆ, ਇਹ ਦੇਖੋ ਜੀ। ਉਸ ਤੋਂ ਬਾਅਦ ਤੁਹਾਨੂੰ ਆ ਜਾਂਦਾ ਢਾਲਕ, ਚੈੱਕ ਕਰੋ ਜੀ, ਬਗੈਰ ਰੰਗ ਤੋਂ ਮਾਸ਼ਾਅੱਲਾ ਕਿੱਡਾ ਪਾਏਦਾਰ, ਕਿੱਡਾ ਸੋਹਣਾ ਲੱਗਦਾ ਪਿਆ। ਇਹ ਟਾਪਾ ਦੇਖੋ ਕਿੱਡਾ ਮੋਟਾ ਲਗਾਇਆ ਗਿਆ ਮਾਸ਼ਾਅੱਲਾ। ਉਸ ਤੋਂ ਬਾਅਦ ਇਹ ਚੀਜ਼ ਚੈੱਕ ਕਰੋ ਜੀ, ਇਹਦੀ ਬੈਕ ਸਾਈਡ, ਇਹ ਦੇਖੋ ਜੀ, ਇਹ ਅਸਲ ਚੀਜ਼ ਹੈ ਜੀ। ਇਹਦਾ ਬੈਰਿੰਗ ਜਿਹੜਾ ਕੜੇ ਵਾਲਾ ਬੈਰਿੰਗ ਪਾਇਆ ਗਿਆ, ਵਿੱਚ ਸ਼ਾਫਟ ਵਲੈਤੀ ਹੈ, ਦੇਖੋ ਮਾਸ਼ਾਅੱਲਾ। ਇਹ ਹੈ ਜੀ ਬ੍ਰਾਂਡ ਇੰਡਸਟਰੀ ਦੇ ਬ੍ਰਾਂਡ ਮਾਲ ਮਾਸ਼ਾਅੱਲਾ, ਕਿ ਬਹੁਤ ਹੀ ਪਾਏਦਾਰ ਬਣਾਇਆ ਗਿਆ ਵਾ ਹਰ ਚੀਜ਼। ਇਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਸਮਾਨ ਪਿਆ ਸਾਰਾ ਜਿੱਦਾਂ ਤਿਆਰ ਹੁੰਦਾ। ਨਾਲ ਨਾਲ ਦੱਸਦਾ ਮੈਂ, ਮਾਸ਼ਾਅੱਲਾ ਥਰੈਸ਼ਰ ਦਾ ਕੰਮ ਵੀ ਸ਼ੁਰੂ ਆ। ਇਹ ਕਟਰ ਵਗੈਰਾ ਥਰੈਸ਼ਰ ਦੇ ਹੁਣੇ ਹੀ ਮਾਸ਼ਾਅੱਲਾ ਬਣ ਰਹੇ ਆ। ਅਤੇ ਇਹ ਤੁਹਾਨੂੰ ਇਹਦੇ ਅਸੀਂ ਦਿਖਾਉਂਦੇ ਹਾਂ ਜੀ, ਪੈਪ ਪਲੇਟਾਂ ਜਿਹਦੇ ਉੱਪਰ ਕਟਰ ਕੱਸੇ ਜਾਂਦੇ। ਇਹ ਦੇਖੋ, ਇਹ ਹੈ ਜੀ ਬ੍ਰਾਂਡ ਇੰਡਸਟਰੀ ਦੇ ਬ੍ਰਾਂਡ ਮਾਲ ਮਾਸ਼ਾਅੱਲਾ। ਇਹ ਤੁਸੀਂ ਦੇਖ ਸਕਦੇ ਹਾਂ ਜੀ, ਕਿਸ ਤਰ੍ਹਾਂ ਰੂਟਾਵੇਟਰ ਇੱਥੇ ਤਾਰਕ ਮਹਿਮੂਦ ਭਾਈ ਦੀ ਇੰਡਸਟਰੀ 'ਚ ਤਿਆਰ ਕੀਤਾ ਜਾਂਦਾ। ਅਤੇ ਕੋਈ ਵੀ ਮੇਰਾ ਵੀਰ ਭਾਈ ਲੈਣਾ ਚਾਹੁੰਦਾ ਵਾ, ਅਤੇ ਆਹ ਰੈਡੀ ਜਿਹੜੀਆਂ ਵਾ ਤਾਰਕ ਭਾਈ ਦੀਆਂ ਵੀਡੀਓ ਲੱਗੀਆਂ ਹੋਈਆਂ ਵਾ, ਤੁਸੀਂ ਰਾਬਤਾ ਕਰਕੇ ਲੈ ਸਕਦੇ ਹਾਂ। ਨੰਬਰ ਵੀ ਮੈਂ ਤੁਹਾਨੂੰ ਦੱਸ ਦਿੰਦਾ ਵਾਂ, ਤਾਰਕ ਭਾਈ ਦਾ ਨੰਬਰ ਤੁਹਾਨੂੰ ਦਿਖਾ ਦਿੰਦੇ ਹਾਂ। ਉਹ ਫਾਲਾ ਹੁੰਦਾ।